ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮਹਿੰਦਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਟੂਰਿਸਟ ਲ ਇੰਡੀਆ ਇੰਸਟਾਗ੍ਰam ਫੇਸਬੁਕ ਤੇ YouTube ਚੈਨਲ ਦੋਸਤੋ ਆਪਣੀ ਇਹ ਵੀਡੀਓ ਹੁੰਦੀ ਹੈ ਕਿਆ ਹੋਏ ਨੇ ਯਾਨੀ ਕਿ ਕੁਐਸਚਨ ਤੇ ਅਨਸਰ ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਤੇ ਮੈਂ ਤੁਹਾਡੇ ਸਾਰੇ ਕਮੈਂਟ ਦਾ ਜਵਾਬ ਇਸ ਵੀਡੀਓ 'ਚ ਦਿੰਨਾ ਹੁੰਦਾ ਹੈ ਇਹ ਵੀਡੀਓ ਹਰ ਰੋਜ਼ ਰਾਤ ਨੂੰ 8:30 ਵਜੇ YouTube ਤੋਂ ਰਿਲੀਜ਼ ਹੁੰਦੀ ਹੈ ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਕਿਆ ਹੋਏ ਨੇ ਹਰਪ੍ਰੀਤ ਸਿੰਘ ਦਾ ਪਹਿਲਾ ਕਮੈਂਟ ਹੈ ਲਿਖਦੇ ਨੇ ਹੈਲੋ ਸਰ ਵਿਜ਼ਟਰ ਵੀਜ਼ਾ ਲਈ ਸੇਵਿੰਗ ਕਾਊਂਟ ਦੀ ਜਾਂ ਕਰੰਟ ਅਕਾਊਂਟ ਦੀ ਸਟੇਟਮੈਂਟ ਲੱਗਦੀ ਹੈ ਮੇਰੇ ਕੋਲ ਦੋਨੋਂ ਨੇ ਦੋਨੋਂ ਲਾ ਸਕਦੇ ਹੋ ਜੀ ਜੇ ਕਰੰਟ ਅਕਾਊਂਟ ਤੁਹਾਡਾ ਇੰਡੀਵਿਜੂਅਲ ਹੈ ਯਾਨੀ ਕਿ ਤੁਹਾਡੀ ਪ੍ਰੋਪਰਾਈਟਰਸ਼ਿਪ ਫਰਮ ਹੈ ਫਿਰ ਤੁਸੀਂ ਕਰੰਟ ਅਕਾਊਂਟ ਦੀ ਵੀ ਲਾ ਸਕਦੇ ਹੋ ਸੋ ਦੋਨੋਂ ਲੱਗ ਜਾਂਦੀਆਂ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਚਿਰਾਗ ਹਿੰਗੁਰਾਨੀ ਲਿਖਦੇ ਨੇ सर अगर रिजल्ट नहीं आया दिसंबर एंड तक फिर हम फाइल विड्रा करके तो अम्बेसी हंड्रेड डॉलर फीस भी रिफंड कर देगी या नहीं और न्यू वीज़ा फाइल जनवरी फर्स्ट वीक में कर दें तो कितने टाइम में रिजल्ट आएगा पॉसिबल है सर थैंक यू सो मच फॉर हेल्पिंग अस सर देखिए यदि आप विड्रा करेंगे अम्बेसी ने फ़ीस आपकी वापस नहीं करनी फ़ीस तो दोबारा से फिर आपको देनी पड़ेगी हाँ नए सिरे से अप्लाई करेंगे रिज़ल्ट पहले के मुकाबले आपका जल्दी आ जाएगा ਮੇਨ ਆਪਕਾ 40 ਡੇਜ਼ ਦੇ ਅੰਦਰ ਅੰਦਰ ਆਪਕਾ ਰਿਜ਼ਲਟ ਆ ਜਾਏਗਾ ਸਹਾਬਾਗ ਸਹਿਜਾਦ ਲਿਖਦੇ ਨੇ ਕੈਨੇਡਾ ਵੀਜ਼ਾ ਇਨਫੋਰਮੇਸ਼ਨ ਹਾਂਜੀ ਅਸੀਂ ਡੇਲੀ ਦਨੇ ਤੁਸੀ ਵੀਡੀਓ ਸਾਡੀ ਜਿਹੜੀ ਦੇਖ ਸਕਦੇ ਹੋ ਅਗਲਾ ਹੈਗਾ ਜੀ ਵਿਪਨ ਮਸ਼ੀ ਲਿਖਦੇ ਨੇ ਸਰ ਤੁਹਾਡੀ ਇਨਫੋਰਮੇਸ਼ਨ ਬਹੁਤ ਫਾਇਦੇ ਵਾਲੀ ਹੁੰਦੀਆਂ ਨੇ ਥੈਂਕਸ ਫॉर ਯੂਰ ਇਨਫੋਰਮੇਸ਼ਨ ਗੋਡ ਬlesਸ ਯੂ ਥੈਂਕ ਯੂ ਵੈਰੀ ਮਾ ਜੀ ਜਸਪਾਲ ਸਿੰਘ ਦਾ ਕਮੈਂਟ ਹੈ ਜੀ ਸਰ ਸਤਿ ਸ੍ਰੀ ਅਕਾਲ ਜੀ ਮੈਂ ਆਪਣੀ ਫਾਈਲ ਵਿਡਰਾ ਕਰਕੇ 17 ਦਸੰਬਰ ਨੂੰ ਦੁਬਾਰਾ ਲਗਾਈ ਹੈ ਹੁਣ ਕਦੋਂ ਤੱਕ ਰਿਜ਼ਲਟ ਆਏਗਾ ਜੀ ਅਨਮੈਰਡ ਹਾਂ ਹੁਣ ਸੇਵਿੰਗ ਚ 5 ਲੱਖ ਨੇ ਤੇ ਕਰੰਟ ਅਕਾਊਂਟ ਚ 1 ਲੱਖ ਰੁਪਇਆ ਫਰੈਸ਼ ਪਾਸਪੋਰਟ ਹੈ 5 ਲੱਖ ਦੀ ਆਈਟੀਆਰ ਹੈ ਬਿਜ਼ਨਸ ਜੀਐਸਟੀ ਹੈ ਹਾਂਜੀ ਠੀਕ ਹੈ ਪ੍ਰੋਫਾਈਲ ਠੀਕ ਹੈ ਜੀ ਤੁਹਾਡੀ ਜੇ 17 ਦੇ ਸਮੇਂ ਤੁਸੀਂ ਅਪਲਾਈ ਕੀਤਾ ਹੈਗਾ ਤਾਂ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਜਨਵਰੀ ਚ ਆਉਣ ਦੀ ਉਮੀਦ ਹੈ ਸੋ ਵੇਟ ਕਰ ਲਿਓ ਵਿਲੇਜਰ ਜੱਟ ਲਿਖਦੇ ਨੇ ਅ ਸਰ ਆਈ ਅਪਲਾਈ ਟੂਰਿਸਟ ਵੀਜ਼ਾ 21 ਨਵੰਬਰ 2021 ਟ੍ਰੈਵਲ ਪਲਾਨ 28 ਦਸੰਬਰ 2021 ਆਈ ਡਿਡ ਨਾਟ ਰੀਸੀਵ ਰਿਜ਼ਲਟ ਇਨ ਨਾਊ ਸ਼ੁੱਡ ਅਪਡੇਟ ਟਰੈਵਲ ਪਲਾਨ ਥਰੂ ਵੈਬ ਫਾਰਮ ਨਹੀਂ ਕੋਈ ਲੋਡ ਨਹੀਂ ਅਪਡੇਟ ਕਰਨ ਦੀ ਜੇ ਵੀਜ਼ਾ ਆਣਾ ਹੋਇਆ ਜੇ ਤੁਹਾਡੀ ਪ੍ਰੋਫਾਈਲ ਵਧੀਆ ਹੈਗੀ ਹੈ ਤਾਂ ਤੁਹਾਡਾ ਜਿਹੜਾ ਵੀਜ਼ਾ ਉਹ ਇਸ ਤਰ੍ਹਾਂ ਹੀ ਆ ਸਕਦਾ ਹੈ ਸੋ ਤੁਸੀਂ ਜਿਹੜਾ ਹੈਗਾ ਨੋ ਪ੍ਰੋਬਲਮ ਕੋਈ ਦਿੱਕਤ ਵਾਲੀ ਗੱਲ ਨਹੀਂ ਅਗਲਾ ਸੁਰਜੀਤ ਸਿੰਘ ਦਾ ਕਮੈਂਟ ਹੈ ਸਾਰੀ ਗੱਲ ਦੱਸਿਓ ਕਿ ਵੀਜ਼ਾ ਆ ਰਹੇ ਨੇ ਜਾਂ ਨਹੀਂ ਬਹੁਤ سارے ਲੋਕ ਕਹਿੰਦੇ ਨੇ ਕਿ ਅੱਜਕੱਲ ਵੀਜ਼ਾ ਨਹੀਂ ਆ ਰਹੇ ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ ਵੀਜ਼ਾ ਜਿਹੜੇ ਆ ਰਹੇ ਨੇ ਜੇ ਤੁਹਾਡੀ ਪ੍ਰੋਫਾਈਲ ਵਧੀਆ ਤਾਂ ਵੀਜ਼ਾਸ ਲੱਗ ਰਹੇ ਨੇ ਜੇ ਤੁਹਾਨੂੰ ਯਕੀਨ ਨਹੀਂ ਮੈਨੂੰ ਆਫ ਦਾ ਰਿਜ਼ਲਟ ਜਿਹੜਾ ਹੈਗਾ ਆਹ ਪਾਸਪੋਰਟ ਨੇ ਕੁਝ ਦਿਖਾ ਸਕਦਾ ਸਾਡੇ ਜਿਹੜੇ ਆ ਪਿਛਲੇ ਇੱਕ ਦੋ ਦਿਨ ਚ 6 ਵੀਜ਼ਾ ਜਿਹੜੇ ਹੈਗੇ ਨੇ ਉਹ ਆ ਚੁੱਕੇ ਨੇ ਮੈਂ ਤੁਹਾਨੂੰ ਜਿਹੜਾ ਇਹਦਾ ਰਿਜ਼ਲਟ ਹੈਗਾ ਜੀ ਉਹ ਮੈਂ ਦਿਖਾ ਦਿੰਦਾ ਤੁਹਾਨੂੰ ਕਿਉਂਕਿ ਦੇਖੋ ਦੋਸਤੋ ਵੀਜ਼ਾ ਜਿਹੜੇ ਹੈਗੇ ਨੇ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਰਿਜ਼ਲਟ ਨਹੀਂ ਆ ਰਹੇ ਆ ਦੇਖੋ ਇੱਕ ਠੀਕ ਹੈ ਜੀ दूजा पासपोर्ट तीजा पासपोर्ट तीन पासपोर्ट हो गए जी चौथा वीजा, वीजा ते छे वीजा ठीक है सर ਆ ਤੁਸੀਂ ਦੇਖ ਸਕਦੇ ਹੋ 6 ਵੀਜ਼ਾਸ 6 ਵੀਜ਼ਾ ਸਾਡੇ ਆਏ ਨੇ ਸੋ ਜੇ ਰਿਜ਼ਲਟ ਆ ਰਹੇ ਨੇ ਤਾਂ ਹੀ ਵੀਜ਼ਾ ਆ ਰਹੇ ਨੇ ਨਾ ਸੋ ਇਹ ਟੈਨਸ਼ਨ ਲੈਣ ਦੀ ਲੋੜ ਨਹੀਂ ਖੁੱਲ ਕੇ ਅਪਲਾਈ ਕਰੋ ਵੱਡੇ ਦਿਲ ਨਾਲ ਅਪਲਾਈ ਕਰੋ ਵਧੀਆ ਪੇਪਰ ਨਾਲ ਅਪਲਾਈ ਕਰੋ ਵੀਜ਼ਾਸ ਆ ਰਹੇ ਨੇ ਆਪ ਸਾਡੇ 6 ਵੀਜ਼ਾ ਲੱਗ ਕੇ ਆਏ ਨੇ ਸੋ ਟੈਨਸ਼ਨ ਦੀ ਕੋਈ ਲੋੜ ਨਹੀਂ ਹੈਗੀ ਜਿਹੜੇ ਵੀਜ਼ਾਸ ਉਹ ਆ ਰਹੇ ਨੇ ਅਗਲਾ ਕਮੈਂਟ ਹੈ ਜੀ ਤਮਨਦੀਪ ਦਾ ਲਿਖਦੇ ਨੇ ਸਰ ਮੇਰੀ ਰੀਲ ਸਿਸਟਰ ਪੀਆਰ ਹੈ ਕੈਨੇਡਾ ਚ ਉਹਨਾਂ ਦੀ ਮਾਰਚ ਨੂੰ ਮੈਰਿਜ ਅਨਿਵਰਸਰੀ ਹੈ ਮੇਰੀ ਏਜ 30 ਸਾਲ ਹੈ 7 ਲੱਖ ਦੇ ਜੇ ਫਾਰਮ ਨੇ 4 75 ਲੱਖ ਬੈਂਕ ਬੈਲੈਂਸ ਹੈ ਜੀ ਮੇਰਾ ਪਾਸਪੋਰਟ ਐਕਸਪਾਇਰ ਹੋਣ 'ਚ 1 ਸਾਲ ਰਹਿ ਗਿਆ ਕੀ ਵੀਜ਼ਾ ਲੱਗ ਸਕਦਾ ਬਿਲਕੁਲ ਵੀਜ਼ਾ ਲੱਗ ਸਕਦਾ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੰਨੇ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ ਹੈ ਉਨਾ ਹੀ ਤੁਹਾਡਾ ਵੀਜ਼ਾ ਲੱਗੇਗਾ ਸਿਸਟਰ ਦੀ ਸਪான்ਸਰ ਤੇ ਵੀਜ਼ਾ ਲੱਗ ਜਾਂਦਾ ਹੈ ਜੇ ਤੁਹਾਡੀ ਸਪான்ਸਰ ਹੋਵੇ ਤਾਂ 트렌ਡੀ ਦੀ ਲਿਖਦੇ ਨੇ ਮੈਂ ਇੱਕ ਵਾਰ THAILAND ਵੀਜ਼ਾ ਕੀਤਾ 2019 ਚ ਬੈਂਕ ਬੈਲੈਂਸ 6 ਲੱਖ ਪਲੱਸ ਹੈ 2 ਸਾਲ ਦੀ ITR ਹੈ 4 ਲੱਖ ITR 4 ਲੱਖ ਦੀ ਹੈ ਸੈਲਰੀ 31000 ਪਲੱਸ ਹੈ 2 ਸਾਲ ਦੀ ਜੌਬ ਹੈ ਮੇਰੀ ਵੀ ਕੈਨੇਡਾ ਦਾ ਵੀਜ਼ਾ ਆ ਸਕਦਾ ਵਧੀਆ ਪ੍ਰੋਫਾਈਲ ਹੈ ਜੀ ਆ ਸਕਦਾ ਵੀਜ਼ਾ ਅਪਲਾਈ ਕਰ ਲੂ ਵੀਜ਼ਾ ਪ੍ਰੋਫਾਈਲ ਤੇ ਡਿਪੈਂਡ ਕਰਦਾ ਹੈ ਜੇ ਤੁਹਾਡੀ ਪ੍ਰੋਫਾਈਲ ਵਧੀਆ ਤਾਂ ਵੀਜ਼ਾ ਆ ਜਾਂਦਾ ਹੈ ਜੀ ਅਮੀਰ ਆਜ਼ਮ ਲਿਖਦੇ ਨੇ ਹੈ ਦਿਸ ਇਜ਼ Amir Azam I applied for Canada tourist visa with family since 19 August 2020 when I try to inquire about my visa status I come to know my case is under process in Abu Dhabi uh, अमीर आजम जी देखो ऐसा है यदि दिसंबर तक आपका वीज़ा आ जाता है तो अच्छी बात है नहीं फाइल वाक करा कर दोबारा लगा लीजिए वीज़ा फिर नहीं आएगा क्योंकि 2020 की फाइल है टाइम ज़्यादा हो चुका है अभी 2022 शुरू होने वाला है तो दिसंबर में आपका वीज़ा आ गया तो ठीक है नहीं तो भाईजान ने अपनी फाइल आप दोबारा लगा लीजिए अगला कमेंट है जी सोनिया ओबीदा लिखते हैं सत श्रीकाल जी मेरा बायोमेट्रिक बारह नवंबर दो हज़ार ਹੋਇਆ ਹੈ ਹੋਟਲ ਬੁਕਿੰਗ ਦੇ ਫਾਇਲ ਲਗਾਈ ਹੈ ਮੇਰੀ ਟ੍ਰੈਵਲ ਹਿਸਟਰੀ ਵੀ ਹੈ ਔਰ ਹੁਣ ਰਿਜ਼ਲਟ ਦਾ ਵੇਟ ਕਰ ਰਹੇ ਆ ਥੋੜਾ ਵੇਟ ਕੋਰ ਕਰ ਲੋ ਸੋਨਿਆ ਜੀ ਜਨਵਰੀ ਤੱਕ ਤੁਹਾਡਾ ਜਿਹੜਾ ਰਿਜ਼ਲਟ ਆ ਉਹ ਆਏਗਾ ਮਿਸਟਰ ਸਮੀਰੂਲ ਸਰਦਾਰ ਲਿਖਦੇ ਨੇ ਕੈਨ ਯੂ ਹੈਲਪ ਮੀ ਸਰ ਬਿਲਕੁਲ ਕਰ ਸਕਦੇ ਹਾਂ ਦੱਸੋ ਤੁਹਾਨੂੰ ਕੀ ਹੈਲਪ ਚਾਹੀਦੀ ਹੈ ਤੁਸੀਂ ਮੈਨੂੰ ਕਾਲ ਕਰੋ ਦੱਸੋ ਕੀ ਹੈਲਪ ਚਾਹੀਦੀ ਹੈ ਆਪਾਂ ਜਰੂਰ ਹੈਲਪ ਕਰਾਂਗੇ ਵੀ ਕੀ ਆਬੂਵਾਲ ਲਿਖਦੇ ਨੇ ਸਰ ਹੋਟਲ ਬੁਕਿੰਗ ਦੇ ਕਦੋਂ ਵੀਜ਼ਾ ਆਣਗੇ ਸਤੰਬਰ ਦਾ ਅਪਲਾਈ ਕੀਤਾ ਹੋਇਆ ਦਸੰਬਰ ਤੱਕ ਇਹੀ ਦੋ ਦਿਨਾਂ ਚ ਆ ਗਿਆ ਨਹੀਂ ਤਾਂ ਫਿਰ ਜਨਵਰੀ ਤੱਕ ਵੇਟ ਕਰ ਲਿਓ ਜੀ ਸ਼ਾਂਤੂ ਸਿੰਘ ਲਿਖਦੇ ਨੇ ਸਰਦਾਰ ਸਾਹਿਬ ਮੇਰੇ ਕੋਲ ਯੂ ਐਸ ਏ ਯੂ ਕੇ ਫਰਾਂਸ ਕੋਰੀਆ ਦੁਬਈ ਤਿੰਨ ਵੀਜ਼ਾ ਸਿੰਗਾਪੁਰ ਦੇ ਆ ਜੀ ਤਿੰਨ ਵੀਜ਼ਾ ਮਲੇਸ਼ੀਆ ਦੇ ਆ ਦੋ ਵੀਜ਼ਾ ਥਾਈਲੈਂਡ ਦੇ ਇੰਡੋਨੇਸ਼ੀਆ ਹਾਂਗਕਾਂਗ ਚਾਨਾ ਦੇ ਵੀਜ਼ੇ ਹਨ ਲੇਕਿਨ ਤਿੰਨ ਵਾਰੀ ਕੈਨੇਡਾ ਦਾ ਰਿਫਿਊਜ਼ ਹੋ ਗਿਆ ਜੀ ਮੇਰੀ ਆਈਟੀਆਰ 7.5 ਲੱਖ ਦੀ ਹੈ ਬੈਂਕ ਬੈਲੈਂਸ ਵੀ ਠੀਕ ਹੈ ਮੇਰਾ ਵੀ ਆਪ ਕੈਨੇਡਾ ਦਾ ਵੀਸਟਰ ਵੀza ਲਗਾਓ ਪਲੀਜ਼ ਮੈਂ ਤੁਹਾਨੂੰ ਕੱਲ ਵੀ ਕੀਤੀ ਸੀ ਲੇਕਿਨ ਤੁਹਾਡੇ ਨਾਲ ਕਿਸੇ ਨੇ ਗੱਲ ਨਹੀਂ ਕਰਵਾਈ ਸ਼ੰਤੂ ਸਿੰਘ ਜੀ ਤੁਸੀਂ ਮੈਨੂੰ ਕਾਲ ਕਰ ਲਿਓ ਵਟਸਐਪ ਨੰਬਰ ਤੇ ਕਾਲ ਕਰ ਲਿਓ ਆਪਣਾ ਨਾਮ ਲਿਖ ਕੇ ਮੈਨੂੰ ਭੇਜ ਦਿਓ ਵਟਸਐਪ ਤੇ ਮੈਂ ਡੈਫੀਨੇਟ ਤੁਹਾਨੂੰ ਕਾਲ ਕਰਾਂਗਾ ਵੀਜ਼ਾ ਤੁਹਾਡਾ ਕੱਢ ਲਾਂਗੇ ਆਪਾਂ ਕਿਉਂਕਿ ਤੁਹਾਡੀ ਟਰੈਵਲ ਹਿਸਟਰੀ ਬਹੁਤ ਵਧੀਆ ਕੋਈ ਦਿੱਕਤ ਨਹੀਂ ਤੁਸੀਂ ਮੈਨੂੰ ਕਾਲ ਕਰ ਲਿਓ ਜੀ ਅਗਲਾ ਕਮੈਂਟ ਹੈ ਜੀ ਸੁਖਦੇਵ ਸਿੰਘ ਦਾ ਸਰ 6 ਲੱਖ ਦੇ ਜੇ ਫਾਰਮ ਨੇ ਫਾਦਰ ਦੇ ਨਾਮ ਤੇ ਤੇ 5 ਲੱਖ ਦੇ ਬ੍ਰਦਰ ਦੇ ਨਾਮ ਤੇ ਨੇ ਐਨ ਨੇਮ ਤੇ ਵੀ ਦੋਨੋਂ ਚੱਲ ਜਾਣਗੇ ਜੀ ਹਾਂਜੀ ਚੱਲ ਜਾਂਦੇ ਨੇ ਫਾਦਰ ਦੇ ਨਾਂ ਤੇ ਤੁਸੀਂ ਜਿਹੜੀ ਹੈਗੀ ਆ ਆਪਦੀ ਸਪੋਰਟ ਲੈ ਸਕਦੇ ਹੋ 우ਮੇਰ ਆਜ਼ਮ ਦਾ ਅਗਲਾ ਕਮੈਂਟ ਹੈ ਵੈਰੀ ਗੁੱਡ ਇਨਫੋਰਮੇਸ਼ਨ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਅਗਲਾ ਕਮੈਂਟ ਹੈ ਜੀ ਇਮਰਾਨ ਕਵੀਸ਼ੇ ਦਾ ਸਰ ਵੀਐਫਐਸ ਮੇਂ ਕਿਆ ਬਿਨਾ ਵੈਕਸੀਨੇਟਰ ਕੋ ਐਂਟਰੀ ਨਹੀਂ ਦੇ ਰਹੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ ਵੀਐਫਐਸ ਐਦਾਂ ਦੀ ਕੋਈ ਚੈਕਿੰਗ ਨਹੀਂ ਕਰਦਾ ਕੋਈ ਪ੍ਰੋਬਲਮ ਨਹੀਂ ਸਤਵਿੰਦਰ ਸਿੰਘ ਲਿਖਦੇ ਨੇ ਭਾਜੀ ਕੀ ਫੈਮਿਲੀ ਦੇ ਵੀਜ਼ੇ ਲਈ ਸਾਡਾ ਕੈਨੇਡਾ ਲਈ ਦੋ ਬੱਚੇ ਨੇ ਆਈਟੀਆਰ ਨਹੀਂ ਭਰਦੇ ਬੈਂਕ ਬੈਲੈਂਸ ਸ਼ੋ ਕਰ ਸਕਦੇ ਆ 10 ਲੱਖ ਦਾ ਸੁਖਦੇਵ ਜੀ ਜੇ ਤੁਹਾਡੀ ਆਈਟੀਆਰ ਨਹੀਂ ਹੈਗੀ ਤਾਂ ਤੁਹਾਨੂੰ ਕੋਈ ਹੋਰ ਸਾਧਨ ਦਿਖਾਣਾ ਪੈਣਾ ਇਨਕਮ ਦੇ ਸਾਧਨ ਤੋਂ ਬਿਨਾ ਵੀਜ਼ਾ ਅਪਲਾਈ ਨਹੀਂ ਹੋ ਸਕਦਾ ਕੱਲੇ ਬੈਂਕ ਬੈਲੈਂਸ ਦੇ ਸਿਰ ਤੇ ਵੀਜ਼ਾ ਅਪਲਾਈ ਨਹੀਂ ਹੁੰਦਾ ਵੀਜ਼ਾ ਅਪਲਾਈ ਕਰਨ ਵਾਸਤੇ ਕੋਈ ਨਾ ਕੋਈ ਇਨਕਮ ਦਾ ਸੋਰਸ ਦਿਖਾਣਾ ਜ਼ਰੂਰੀ ਹੁੰਦਾ ਹੈਗਾ ਪਰ ਰੈਂਟਲ ਇਨਕਮ ਦਿਖਾਓ ਕੋਈ ਇਨਕਮ ਹੋਰ ਦਿਖਾਓ ਜਾਂ ਬਿਜ਼ਨਸ ਦਿਖਾਓ ਜੋਬ ਦਿਖਾਓ ਜ਼ਰੂਰੀ ਹੈ ਹਰਵਿੰਦਰ ਸਿੰਘ ਖੋ ਲਿਖਦੇ ਨੇ 10th ਆਫਟਰ ਗੈਪ ਪੀਟੀ ਸਕੋਰ 60 ਤੇ ਜੀ ਕੈਨ ਅਪਲਾਈ ਕਿੰਨਾ ਗੈਪ ਹੈ ਜੀ ਗੈਪ ਦੇਖਣਾ ਪਏਗਾ 2019 ਵੀ ਕੀ ਪਾਸ ਆਊਟ ਹੀ ਕੈਨੇਡਾ ਆਸਟ੍ਰੇਲੀਆ ਸਟੱਡੀ ਵੀਜ਼ਾ ਕਰ ਸਕਦੇ ਨੇ ਮਨਕੀਰਤ ਸਾਹਿਬ ਬਲੌਗ ਲਿਖਦੇ ਨੇ ਵੀਰੇ ਆਪ ਦੇ ਫੀ ਆਫਟਰ ਵੀਜ਼ਾ ਹੈ ਜਾਂ ਪਹਿਲਾਂ ਲੈ ਲੈਂਦੇ ਹੋ ਕਿੰਨੀ ਫੀਸ ਹੈ ਕਾਲ ਕਰ ਲਿਓ ਜੀ ਤੁਹਾਨੂੰ ਪੂਰੀ ਡਿਟੇਲ ਸਮਝਾ ਦੇਵਾਂਗੇ ਜੀ ਪਵਨ ਮਲਿੰਜਾ ਲਿਖਦੇ ਨੇ ਜਸਟ ਜਸਟਿਸ ਫਾਰ ਵਰਕ ਪਰਮਿਟ ਬੈਕਲੌਗ ਵਰਕ ਪਰਮਿਟ ਦਾ ਬੈਕਲੌਗ ਕਾਫੀ ਹੈ ਜੀ 35 ਤੋਂ 40 ਵੀਕ ਦਾ ਟਾਈਮ ਜਿਹੜਾ ਹੈਗਾ ਉਹ ਲੱਗ ਰਿਹਾ ਹੈਗਾ ਸੋ ਤੁਸੀਂ ਉਸ ਮੁਤਾਬਕ ਆਪਣਾ ਅਪਲਾਈ ਕਰ ਲਿਓ ਕੁਲਜੀਤ ਕੌਰ ਦਾ ਕਮੈਂਟ ਹੈ ਸਤਿ ਸ੍ਰੀ ਅਕਾਲ ਜੀ 7 ਸਤੰਬਰ ਨੂੰ ਕੈਨੇਡਾ ਦੀ ਫਾਈਲ ਲਾਈ ਹੋਈ ਹੈ ਵਿਸਟਰ ਵੀਜ਼ਾ ਦੀ 19 ਅਕਤੂਬਰ ਨੂੰ ਸਾਡੇ ਬਾਇਓਮੈਟ੍ਰਿਕ ਹੋਏ ਆ ਅਜੇ ਤੱਕ ਕੋਈ ਰਿਜ਼ਲਟ ਨਹੀਂ ਆਇਆ 26 ਦਸੰਬਰ ਨੂੰ ਸਾਡਾ ਉੱਥੇ ਪ੍ਰੋਗਰਾਮ ਹੈ ਸਾਨੂੰ ਕੋਈ ਸੁਝਾਅ ਦਿਓ ਇਸ ਬਾਰੇ ਪਲੀਜ਼ ਕਰਨ ਅਪਰਪਲਾਈ ਕਰਨਾ ਮੈਂ ਕਈ ਵਾਰ ਮੈਸੇਜ ਕੀਤਾ ਤੁਸੀਂ ਰਿਪਲਾਈ ਨਹੀਂ ਕੀਤਾ ਕੁਲਜੀਤ ਜੀ ਦੇਖੋ ਐ ਹੁੰਦਾ ਕਮੈਂਟ ਬਹੁਤ ਸਾਰੇ ਹੁੰਦੇ ਨੇ ਪ੍ਰੋਗਰਾਮ 12 ਤੋਂ 15 ਮਿੰਟਾਂ ਦਾ ਹੀ ਹੁੰਦਾ ਸੋ ਸਾਰੇ ਕਮੈਂਟ ਲੈ ਨਹੀਂ ਜਾ ਸਕਦੇ ਸੋ ਅੱਜ ਤੁਹਾਡੀ ਵਾਰੀ ਆ ਗਈ ਹੈ ਠੀਕ ਹੈ ਤੁਸੀਂ 7 ਸਤੰਬਰ ਨੂੰ ਫਾਈਲ ਲਾਈ ਹੋਈ ਹੈ ਜੀ ਤੇ ਤੁਹਾਡੇ 19 ਅਕਤੂਬਰ ਨੂੰ ਬਾਇਓਮੈਟ੍ਰਿਕ ਹੋਏ ਸੀਗੀ 15 ਜਨਵਰੀ ਤੱਕ ਜਿਹੜੀ ਹੈਗੀ ਤੁਹਾਡੀ ਰਿਜ਼ਲਟ ਆਣ ਦੀ ਉਮੀਦ ਹੈ ਜੀ ਔਰ ਜਿਹੜਾ ਤੁਹਾਡਾ 26 ਦਸੰਬਰ ਦਾ ਪ੍ਰੋਗਰਾਮ ਹੈ ਉਹ ਕੋਈ ਚੱਕਰ ਨਹੀਂ ਜੇ ਪ੍ਰੋਫਾਈਲ ਵਧੀਆ ਸਾ ਪ੍ਰੋਗਰਾਮ ਤੋਂ ਬਾਅਦ ਵੀ ਵੀਜ਼ਾ ਆ ਸਕਦਾ ਹੈ ਸੋ ਵੇਟ ਕਰ ਲਿਓ ਜੌਲੀ ਲਿਖਦੇ ਨੇ 15 ਡੇਜ਼ ਹੋ ਗਏ ਸਰ ਕੈਨੇਡਾ ਟੂਰਿਸਟ ਵੀਜ਼ਾ ਦੇ ਬਾਇਓਮੈਟ੍ਰਿਕ ਹੋਏ ਨੂੰ ਰਿਜ਼ਲਟ ਕਦੋਂ ਤੱਕ ਆਏਗਾ ਟਾਈਮ ਲੱਗੇਗਾ ਜੀ 15 ਜਨਵਰੀ ਤੋਂ ਬਾਅਦ ਹੀ ਰਿਜ਼ਲਟ ਆਏਗਾ ਤੁਹਾਡਾ Imran ਕੁਬੀਛ ਲਿਖਦੇ ਨੇ ਸਰ ਰੈਕਸ਼ਨੇਸ਼ਨ ਕੰਪਲੀਟ ਹੋਣੇ ਕੇ 14 ਦਿਨ ਕੇ ਬਾਅਦ ਹੀ ਐਂਟਰੀ ਹੈ ਮੁੰਬਈ ਔਰ ਪੁਨੇ ਮੇਂ ਅਬ ਦਿੱਲੀ ਮੇਂ ਵੀ ਯਹੀ ਰੂਲ ਹੋਗਾ ਮੇਰਾ ਬਾਇਓਮੈਟ੍ਰਿਕ 21 ਦਸੰਬਰ ਕੋ ਹੈ ਦੇਖੋ ਬ੍ਰਦਰ ਸਾਨੂੰ ਕਹ ਪੁਨੇ ਤੇ ਬੰਬੇ ਦਾ ਤਾਂ ਪਤਾ ਨਹੀਂ ਪਰ ਇਧਰ ਜਿਵੇਂ ਦਿੱਲੀ ਜਲੰਧਰ ਜਾਂ ਥੋੜਾ ਚंडीगढ़ ਇਹ ਤਾਂ ਕੋਈ ਤੁਹਾਨੂੰ ਕੋਈ ਬ੍ਰੈਕਸਿਸ ਦੀ ਲੋੜ ਨਹੀਂ ਹੁੰਦੀ ਉੱਥੇ ਜਾਣ ਵਾਸਤੇ ਵੀਐਫਐਸ ਜਾਣ ਵਾਸਤੇ ਦਵਿੰਦਰ ਜੀਤਕੌਰ ਲਿਖਦੇ ਨੇ ਨਹੀਂ ਜੀ ਦਿੱਲੀ ਮੇਂ ਰੂਲ ਨਹੀਂ ਹੈ ਮੇਰੀ ਸੈਕੰਡ ਵੈਕਸ਼ਨ ਕੋ ਪੰਜ ਦੇ ਹੋਏ ਥੇ ਬਟ ਮੇਰੇ ਬਾਇਓਮੈਟ੍ਰਿਕ ਹੋ ਗਏ ਹਾਂ ਜੀ ਮੈਂ ਕਹਿ ਰਿਹਾ ਆਲਰੇਡੀ ਕੋਈ ਇਸ ਤਰ੍ਹਾਂ ਦੀ ਇਦਰ ਨਾਰਥ ਇੰਡੀਆ ਜੈਸਾ ਦੀ ਕੋਈ ਪ੍ਰੋਬਲਮ ਨਹੀਂ ਹੈ ਸਾਹਿਬ ਨੂਰ ਲਿਖਦੇ ਨੇ ਸਰ ਮੇਰੇ ਕੈਨੇਡਾ ਮਲਟੀਪਲ ਵੀਜ਼ਾ ਦੇ ਬਾਇਓਮੈਟ੍ਰਿਕ 24 ਸਤੰਬਰ ਦੇ ਡਨ ਹੋ ਗਏ ਨੇ ਬਟ ਅਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਵੇਟ ਕਰ ਲਓ ਜੀ ਜਨਵਰੀ ਤੱਕ ਜਿਹੜਾ ਹੈਗਾ ਤੁਹਾਡਾ ਰਿਜ਼ਲਟ ਆ ਸਕਦਾ ਹੈ ਜੀ ਜਗਸੀਰ ਸਿੰਘ ਲਿਖਦੇ ਨੇ ਨਾਈਸ ਵਾਇਸ ਸਰ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਅਗਲਾ ਕਮੈਂਟ ਹੈ ਜੀ ਗੁਰਪਾਲ ਸਿੰਘ ਦਾ ਸਰ ਜਿਨ੍ਹਾਂ ਦਾ ਪਹਿਲਾਂ ਤੋਂ ਬੁਕਿੰਗ ਹੈ ਉਹ ਅਪਾਇੰਟਮੈਂਟ ਹਾਂਜੀ ਕੋਈ ਜਿਹਨਾਂ ਦੀ ਪਹਿਲਾਂ ਤੋਂ ਬੁਕਿੰਗ ਹੋਈ ਹੋਈ ਉਹ ਚੱਲਣਗੇ ਆ ਉਹੀ ਅਪਾਇੰਟਮੈਂਟ ਸਾਡੀਆਂ ਅੱਜ ਵੀ ਦੋ ਅਪਾਇੰਟਮੈਂਟਸ ਸੀਗੀਆਂ ਜਿਹੜੀ ਪਹਿਲਾਂ ਬੁੱਕ ਕਰਾਈਆਂ ਹੋਈਆਂ ਸੀਗੀਆਂ ਸੀ ਗੁਰਪਾਲ ਗੁਰਲਾਲ ਜੀ ਪੁੱਛ ਰਹੇ ਨੇ ਜਿਹੜਾ ਹੁਣ ਬਾਇਓਮੈਟ੍ਰਿਕਲ ਸਿਸਟਮ ਚੇਂਜ ਹੋਇਆ ਨਾ 17 ਤਰੀਕ ਨੂੰ ਪਹਿਲਾਂ ਕੀ ਸੀ ਪਹਿਲਾਂ 17 ਤੋਂ ਪਹਿਲਾਂ ਆਪਣੀ ਮਰਜ਼ੀ ਨਾਲ ਆਪਣ ਡੇਟ ਚੱਕ ਲੈਂਦੇ ਬਾਅਦ ਫਾਈਲ ਆ ਲੈਂਦੇ ਸੀ ਪਰ 17 ਤੋਂ ਬਾਅਦ ਕੀ ਹੋ ਗਿਆ ਤੁਹਾਨੂੰ ਪਹਿਲਾਂ ਕੈਨੇਡਾ ਦੀ ਫਾਈਲ ਲੈਣੀ ਪਏਗੀ ਫਾਈਲ ਲੱਗਣ ਤੋਂ ਬਾਅਦ ਜਦੋਂ ਬਾਇਓਮੈਟ੍ਰਿਕ ਇਨਸਟਰਕਸ਼ਨ ਲੈਟਰ ਆਏਗਾ ਉਸ ਤੋਂ ਬਾਅਦ ਹੀ ਤੁਸੀਂ ਵੈਬ ਫਾਰਮ ਦੇ ਦੁਆਰਾ ਆਪਣੀ ਬਾਇਓਮੈਟ੍ਰਿਕ ਚੱਕ ਸਕਦੇ ਹੋ ਪਰ ਜਿਨ੍ਹਾਂ ਨੇ ਪਹਿਲਾਂ ਬਾਇਓਮੈਟ੍ਰਿਕ ਚੱਕੀ ਹੋਈ ਜਿਨ੍ਹਾਂ ਦੀ ਬਾਇਓਮੈਟ੍ਰਿਕ ਹੈਗੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਉਹ ਆਪਣੀ ਬਾਇਓਮੈਟ੍ਰਿਕ ਤੇ ਜਾਣ ਤੇ ਬਾਇਓਮੈਟ੍ਰਿਕ ਦੇਣ ਅਮੇজিং ਨੇਚਰ ਲਿਖਦੇ ਨੇ ਸਰ ਸੈਂਡ ਕੰਟੈਕਟ ਨੰਬਰ ਕੰਟੈਕਟ ਨੰਬਰ ਜੀ ਮੈਂ ਦੱਸਿਆ ਹੋਇਆ ਇਸ ਤੇ ਸਕਰੀਨ ਤੇ ਦੇਖੋ ਤੁਸੀਂ 7022970229 ਤੇ ਤੁਸੀਂ ਕਾਲ ਕਰ ਸਕਦੇ ਹੋ WhatsApp ਕਰ ਸਕਦੇ ਹੋ ਜੀ ਗੁਰਜੰਤ ਸਿੰਘ ਲਿਖਦੇ ਨੇ ਜੀ ਹੁਣ ਕਿੰਨੀ ਪੇਮੈਂਟ ਲੱਗਦੀ ਆ ਬਾਇਓਮੈਟ੍ਰਿਕ ਦੀ ਹੁਣ ਦੀ ਕੋਈ ਐਕਸਟਰਾ ਪੇਮੈਂਟ ਦੇਣ ਦੀ ਲੋੜ ਨਹੀਂ ਜਿਹੜੀ ਫੀਸ ਐਮਬੈਸੀ ਉਹੀ ਉਸੇ ਦੇ ਵਿੱਚ ਥੋੜੀ ਬਾਇਓਮੈਟ੍ਰਿਕ ਹੋ ਜਾਏਗੀ ਜੀ ਲਖਵਿੰਦਰ ਸਿੰਘ ਢਿੱਲ ਲਿਖਦੇ ਆ ਜੀ ਜਿਸ ਨੇ ਪਹਿਲਾਂ ਬਾਇਓਮੈਟ੍ਰਿਕ ਮੈਟਰਲ ਲੈ ਰੱਖਿਆ ਉਹਨਾਂ ਦਾ ਕੀ ਜਿਨ੍ਹਾਂ ਨੇ ਪਹਿਲਾਂ ਲੈ ਰੱਖੀ ਹੈ ਜੀ ਉਹੀ ਚੱਲੇਗੀ ਦੁਬਾਰ ਤੋਂ ਲੈਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਜੀ ਵੀਰਪਾਲ ਸਖੋ ਸੇਖੋ ਲਿਖਦੇ ਨੇ ਹੈਲੋ ਸਰ ਅਪਲਾਈ ਵੇਸਟਰ ਵੀਜ਼ਾ ਔਨ ਫਰੈਂਡ ਸਪான்ਸਰ ਆਈ ਏਮ ਡੂਇੰਗ ਜੌਬ ਐਂਡ ਅਪਲਾਈ 29 ਅਕਤੂਬਰ ਐਂਡ 2 ਦਸੰਬਰ ਬਾਇਓਮੈਟ੍ਰਿਕ 크리스마ਸ ਨਿਊ ਈਅਰ ਪਲਾਨ ਐਂਡ ਮੈਰਿਜ ਯੂਨੀਵਰਸਿਟੀ ਫਰਵਰੀ 14 ਆ ਸੋ ਵੀਜ਼ਾ ਕਦੋਂ ਆਏਗਾ ਜੀ ਦੇਖੋ ਹੁਣ ਦਸੰਬਰ ਦਾ ਤਾਂ ਨਹੀਂ ਆਣਾ ਦਸੰਬਰ ਤਾਂ ਹੁਣ ਲਾਈ ਥੀ ਦਾ ਚੁੱਕਿਆ ਦੋ ਦਿਨ ਹੋਰ ਰਹਿ ਗਏ ਨੇ ਕਿਉਂਕਿ ਉਸ ਤੋਂ ਬਾਅਦ ਛੁੱਟੀਆਂ ਨੇ ਜਨਵਰੀ ਚ ਹੀ ਤੁਹਾਡਾ ਕੁਝ ਬਣ ਸਕਦਾ ਜੀ بابا ਗਰੂਪ ਲਿਖਦੇ ਨੇ ਸਰ ਮੈਂ ਆਰਮੀ ਮੈਂ ਹੂੰ ਮੇਰੀ ਸੈਲਰੀ 40000 ਹੈ ਜੀ ਮੇਰੀ ਸੈਲਰੀ ਅਕਾਊਂਟ ਮੇ ਆਉਂਦੀ ਹੈ ਔਰ ਮੈਂ ਮੈਰਿਡ ਹੂੰ ਕੈਨੇਡਾ ਟੂਰਿਸਟ ਵੀਜ਼ਾ ਕੀ ਲਈਏ ਬਤਾਓ ਫਰੈਸ਼ ਪਾਸਪੋਰਟ ਹੈ ट्रैवल ਹਿਸਟਰੀ ਨਹੀਂ ਹੈ ਕੈਨੇਡਾ ਟੂਰਿਸਟ ਵੀਜ਼ਾ ਲਗਵਾਉਣਾ ਹੈ ਸੁਜੈਸਟ ਮੀ ਦੇਖੋ ਸੈਲਰੀ ਤੁਹਾਡੀ 40000 ਹੈ ਜੀ ਕੋਈ ਦਿੱਕਤ ਨਹੀਂ ਹੈਗੀ ਵੀਜ਼ਾ ਕਰ ਸਕਦੇ ਹਾਂ ਜਿਹੜੇ ਆਰਮੀ ਪਰਸਨ ਨੇ ਡਿਫੈਂਸ ਪਰਸਨ ਨੇ ਉਹਨਾਂ ਕੋਲ ਸਾਰੇ ਪੇਪਰ ਹੀ ਪੂਰੇ ਹੁੰਦੇ ਨੇ ਸੋ ਤੁਸੀਂ ਆਪਦਾ ਵੀਜ਼ਾ ਕਰ ਸਕਦੇ ਹੋ ਆਰਮਿੰਗ ਪ੍ਰਸੰਦ ਦਾ ਵੀਜ਼ਾ ਲੱਗ ਜਾਂਦਾ ਹੈ ਆਈ ਲਵ ਬਾਇ ਬਿਲੋਂਗ ਲਿਖਦੇ ਨੇ ਸਰ ਕਿਹਾ ਕੈਨੇਡਾ ਟੂਰਿਸਟ ਵੀਜ਼ਾ ਹੋਸਟਲ ਜਾਂ ਹੋਮ ਸਟੇ ਬੁਕਿੰਗ ਪਰ ਵੀ ਅਪਲਾਈ ਕਰ ਸਕਤੇ ਹਨ ਅਗਰ ਆਲਸੋ ਟ੍ਰੈਵਲ ਹੋ ਤੋ ਇਨਕਮ 4 ਲੱਖ ਐਨੂਲ ਹੈ ਠੀਕ ਹੈ ਜੀ ਬਿਲਕੁਲ ਤੁਸੀਂ ਸਹੀ ਸੋਚਿਆ ਜੇ ਤੁਹਾਡੀ ਇਨਕਮ ਘੱਟ ਹੈ ਨਾ ਫਿਰ ਤੁਸੀਂ ਹੋਮ ਸਟੇ ਜਾਂ ਹੋਸਟਲ ਤੇ ਲੈ ਕੇ ਵੀ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਹੋ ਰਹਿਣ ਦਾ ਕੋਈ ਮਤਲਬ ਵੀ ਤੁਹਾਨੂੰ ਚਾਹੀਦਾ ਬਸੇਰਾ ਕਿਤੇ ਵੀ ਹੋ ਸਕਦਾ ਹੋਟਲ ਚ ਵੀ ਹੋ ਸਕਦਾ ਹੋਮ ਸਟੇ ਵੀ ਹੋ ਸਕਦੀ ਹੈ ਡਾਰਮੇਟਰੀ ਵੀ ਹੋ ਸਕਦੀ ਹੈ ਹੌਸਟਲ ਵੀ ਹੋ ਸਕਦਾ ਹੈਗਾ ਸੋ ਦੋਸਤੋ ਇਹ ਤੁਹਾਡੇ ਕਮੈਂਟ ਸੀਗੇ ਮੇਰੇ ਜਵਾਬ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋਣਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ